ਇਹਾਂ ਦੀ ਬਿਗ ਬੈਂਡ ਹੈ ਬਹੁਤ ਮਸ਼ਹੂਰ ਘੜੀ ਹੈ ਅਤੇ ਇਹਨੂੰ ਹੁਣ ਨਵੀਂ ਤਿਆਰ ਕੀਤੀ ਹੈ ਇੱਕ ਮਹੀਨਾ ਹੀ ਹੋਇਆ ਮੁੜ ਕੇ ਅਸੀਂ ਖੋਲ੍ਹਿਆ ਨੇ ਅਤੇ ਇਸ ਨੇ ਬਹੁਤ ਬੜਾ ਖਰਚਾ ਵੀ ਹੋਇਆ ਇਹਨਾਂ ਕੀਤਾ ਤਕਰੀਬਨ 32 ਮਿਲੀਅਨ ਪੌਂਡ ਇਸ ਨੇ ਲੱਗਾ ਹੋਇਆ ਤਾਂ ਇਹ ਪਾਰਲੀਮੈਂਟ ਹਾਊਸ ਹੈ ਇਹ ਸਾਰਾ ਨਾਲ ਜਿੱਥੇ ਸਾਰੇ ਬਿਲ ਸ਼ੂ ਪੇਸ਼ ਹੋਣੇ ਸਾਰੇ ਪਾਰਲੀਮੈਂਟ ਇਕੱਠੇ ਹੋਣੇ ਤੱਕੋ ਜੀ ਅੱਜ ਚੱਲਣਾ ਦਿਹਾੜਾ ਹੋਵੇ ਫਿਰ ਵੀ ਤੱਕੋ ਕਿਤਨੀ ਟੂਰਿਸਟ ਇੱਥੇ ਹੋਵੇ ਲੰਡਨ ਆਈ ਅਤੇ ਇੱਥੇ ਬੰਦੇ ਜਾਣੇ ਨੇ ਅਪਰ ਬਹਿਣੇ ਨੇ ਤਕਰੀਬਨ 1.5 ਘੰਟਾ ਲੱਗ ਜਾਣਾ ਇਸ ਨਾਲ ਪੂਰਾ ਰੌਂਡ ਹੈ ਅਤੇ ਅਪਰ ਜਾਈਦਾ ਪੂਰਾ ਲੰਡਨ ਵਾਸਤੇ ਨਜ਼ਾਰਾ ਦਿਸਣਾ ਹਰ ਚੀਜ਼ ਥੱਲਾ ਰਿਵਰ ਅਤੇ ਇੱਥੇ ਇਹ ਦਿਹਾੜੀ ਦਾ ਨਜ਼ਾਰਾ ਹੈ ਅਤੇ ਤੱਕੋ ਕਿਤਨੀ ਖੂਬਸੂਰਤੀ ਆ ਉਹ ਬੋਰਡ ਵੀ ਚਾਹੀਦੀ ਹੈ ਅਤੇ ਹੁਣ ਇੱਧਰ ਕਹਿ ਤੱਕੋ ਜੀ ਪਾਰਲੀਮੈਂਟ ਹੈ ਠੀਕ ਹੈ ਜੀ ਇੱਥੇ ਪਾਰਲੀਮੈਂਟ ਦੇ ਇਜਲਾਸ ਹੋਣੇ ਨੇ ਸਾਰੇ ਬਿਲ ਸ਼ੀਲ ਇੱਥੇ ਹਰ ਚੀਜ਼ ਕਿੱਥੇ ਹੋਣੀ ਹੈ ਤਾਂ ਚੱਕੀ ਸਕਣੀ ਕਿਤਨੇ ਬੰਦੇ ਪਿੱਛੇ ਪੂਰਾ ਇਹ ਤਾਂ ਭਾਜੀ ਟੂ ਵੀ ਜਾਣ ਵਾਸਤੇ ਕਿਤਨੀਆਂ ਬਣੀਆਂ ਹੁੰਦੀਆਂ ਲਿਫਟਾਂ ਇਹ ਸਮਝੋ ਅਸਾਂ 2 ਤੋਂ 3 ਫਲੋਰ ਜਾਂ ਥੱਲਾ ਜਾ ਸਕਦਾ ਇਸਨੇ ਕਿਤਨੀ ਥੱਲਾ ਬੈਠੂ ਤੁਸੀਂ ਕੈਮਰੇ ਲੱਗ ਰਹੇ ਸੀ ਅਸੀਂ ਕਿਤਨਾ ਨਿਜ਼ਾਮ ਹੋਇਆ ਕਿਤਨਾ ਡਾਢਾ ਕੰਮ ਹੋਇਆ ਇੱਥੇ ਲਿਓ ਜੀ ਗ੍ਰੀਨ ਪਾਰਕ ਵਿੱਚ ਆ ਗਏ ਅਤੇ ਹੁਣ ਚਲਦੇ ਹਾਂ ਕੁਈਨ ਦੇ ਘਰ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਲਿਓ ਜੀ ਯਾਰੋ ਆ ਗਏ ਹਾਂ ਕੁਈਨਸ ਦੇ ਘਰ ਅਤੇ ਤੱਕੋ ਜੀ ਰਸ਼ ਕਿਤਨਾ ਪਏ ਆ ਅਤੇ ਪਾਰਕ ਸਾਹਮਣੇ ਘਰ ਖੜ੍ਹਦੇ ਹਾਂ ਕੁਈਨਸ ਨਾਲ ਮੁਲਾਕਾਤ ਕਰਨੀ ਸੀ ਲੇਕਿਨ ਕੁਈਨਸ ਨਾਲ ਮੁਲਾਕਾਤ ਨਹੀਂ ਹੋ ਸਕਦੀ ਕਿਉਂਕਿ ਕੁਈਨਸ ਬਹੁਤ ਬਿਜ਼ੀ ਹੈ ਉਹ ਦੇਖੋ ਅੰਦਰ ਗਾਰਡ ਉਹਨਾਂ ਨੇ ਸ਼ਿਫਟ ਚੇਂਜ ਹੋਣੀ ਹੈ ਕਿ ਲੱਗੀ ਵੀ ਅੰਦਰ ਪਰੇਡ ਕਰਨੇ ਨੇ ਇਹਨਾਂ ਦੀ ਜਿਹੜਾ ਸ਼ਿਫਟ ਚੇਂਜ ਹੋਣੀ ਹੈ ਇਹ ਹਰ ਵੇਲਾ ਪਰੇਡ ਕਰਨੇ ਨੇ ਤੱਕ ਹੀ ਸਕਦੇ ਹੋ ਕਿਆ ਪਿੱਛੇ ਕਿਤਨਾ ਰਸ਼ ਪਏ ਆ ਅਜਾ ਵੀਕਐਂਡ ਵੀ ਨਹੀਂ ਨਾਰਮਲ ਦਿਹਾੜਾ ਹੋਇਆ ਤਾਂ ਫਿਰ ਵੀ ਬਹੁਤ ਜ਼ਿਆਦਾ ਇੱਥੇ ਰਸ਼ ਪਏ ਆ ਹੋਇਆ ਅਤੇ ਤੱਕੋ ਬਿਲਡਿੰਗ 'ਚ ਬਿਲਕੁਲ ਕੋਲੋਂ ਦੱਸੇ ਆ ਕਿ ਹੋਰ ਸਿੱਧਾ ਮਾਲੂਮਾਤ ਦੇਣੀ ਸੀ ਕਿ ਇੱਥੇ 4 ਏਅਰਪੋਰਟ ਨੂੰ ਪਹਿਲੇ ਸਟਨ ਸਟੇਟ ਅਤੇ ਮੂਰੀ ਦਾ ਇੱਥੇ ਸਿਟੀ ਏਅਰਪੋਰਟ ਲੰਡਨ ਉਸ ਤੋਂ ਬਾਅਦ ਗੈਟਵਿਕ ਹੈ ਅਤੇ ਇਸ ਤੋਂ ਬਾਅਦ ਜਿਹੜਾ ਬੜਾ ਲੰਡਨ ਹਿਥਰੋ ਏਅਰਪੋਰਟ ਹੈ ਜਿਹੜਾ ਸਭ ਤੋਂ ਬੜਾ ਇੱਥੇ 4 ਏਅਰਪੋਰਟ ਲੱਗਣੇ ਇਸ ਸ਼ਹਿਰ ਵਿੱਚ ਘੋੜਿਆਂ ਪਰ ਵੀ ਪੁਲਿਸ ਫਿਰਨੀ ਹੈ ਤਾਂ ਕੋਈ ਕੈਮਰਾਮੈਨ ਤਾਂ ਨਹੀਂ ਸੀ ਘੋੜਿਆਂ ਪਰ ਵੀ ਪੁਲਿਸ ਅਸਾਂ ਕੋਲ ਹੀ ਘੋੜੇ ਆ ਰਹੇ ਤੱਕੋ ਜੀ ਇੱਕ ਜਨਾਨੀ ਚਲਾਉਣੀ ਹੈ ਤਾਂ ਇੱਕ ਜਗ੍ਹਾ ਚਲਾਉਣਾ ਕਰ ਪਿੱਛਾ ਤੱਕ ਸਕਦੇ ਹੋ ਕਿਤਨੇ ਬੰਦੇ ਦਾ ਕੈਮਰਾ ਮੈਨ ਸਾਰੇ ਪਾਸੇ ਮਾਰਸੀ ਕੈਮਰਾ ਤੱਕੋ ਕਿਤਨੇ ਲੋਕ ਦਿਹਾੜੀ ਇਤਨਾ ਬਿਜ਼ੀ ਹੈ ਅਤੇ ਨਾਈਟ ਲਾਈਫ ਹੈ ਉਹ ਇਸ ਤੋਂ ਜ਼ਿਆਦਾ ਬਿਜ਼ੀ ਹੈ ਰਾਤੀ ਕਿਉਂਕਿ ਕਿਤੇ ਲੰਘਣੇ ਦਾ ਮੀਰਾ ਨਹੀਂ ਲੱਭਣਾ ਕਿ ਇਤਨੇ ਬੰਦੇ ਰਾਤੀ ਹੋਣੇ ਲਾਈਟਿੰਗ ਇਤਨੀ ਹੋਣੀ ਹੈ ਪਰ ਰਾਤੀ ਪੂਰੀ ਇੱਥੇ ਹਰ ਪਾਸੇ ਬੰਦਾ ਹੀ ਬੰਦਾ ਨਜ਼ਰ ਜੀ ਇਹ ਇੱਥੇ ਟੈਕਸੀ ਹੈ ਕੈਬ ਕਹਿੰਦਾ ਟੂਬ ਦੇ ਅੰਦਰ ਜਾਣ ਵਾਸਤੇ ਗੱਲ ਕੱਢਣ ਦੀ ਸੀ ਜੀ ਮਾਣੇ ਸਰ ਤੂੰ ਵੀ ਅੰਦਰ ਰੱਖਣ ਵਾਸਤੇ ਇੱਥੇ ਸਿਰਫ ਬੈਂਕ ਕਾਰਡ ਸਭ ਲਾਉਣਾ ਚਾਹੀਦਾ ਹੋਵੇ ਤੁਸੀਂ ਜਿਹੜੇ ਵੀ ਸਟਾਫ ਹੈ ਲੈਣਾ ਹੋਵੇ ਜਾਂ ਚੱਲਣਾ ਹੋਵੇ ਤੁਸਾਂ ਜੀ ਉੱਥੇ ਜੇ ਸਕੈਨ ਕਰਨਾ ਹੋਵੇ ਤਾਂ ਤੁਸਾਂ ਨਿਕਲੀ ਜਾਣਾ ਅਗਰ ਤੁਹਾਨੂੰ ਬੈਂਕ ਕਾਰਡ ਨਹੀਂ ਹੈ ਤਾਂ ਫਿਰ ਤੁਸੀਂ ਮੈਂ ਟੂਬ ਦਾ ਸਫ਼ਰ ਵਾਸਤੇ ਬਹੁਤ ਮੁਸ਼ਕਲਾਂ ਹੋਈਆਂ ਸੀ ਕਿਉਂਕਿ ਇੱਥੇ ਸਾਰਾ ਸਫ਼ਰ ਹੋਣਾ ਹੀ ਟੂਬ ਦੇ ਅੰਦਰ ਹੈ ਮੈਂ ਆਪਣੀ ਇਨਫੋਰਮੇਸ਼ਨ ਦੇਈ ਜੀ ਸਟਾਫ ਫੋਨ ਸਟੇਸ਼ਨ ਉੱਪਰ ਖੜ੍ਹਦੇ ਹਾਂ ਤਾਂ ਹੁਣ ਵਾਪਸ ਅਸਾਂ ਜਾਈਦੇ ਹਾਂ ਆਪਣੀ ਗੱਡੀ ਕੁਝ ਤਾਂ ਪਾਰਕਿੰਗ ਬਣਾਈ ਹੈ ਅਤੇ ਤੁਸੀਂ ਦੱਸਾਂ ਅਸਾਂ ਲੰਡਨ ਸਿਟੀ ਵਿੱਚ ਪੂਰੀ ਦਿਹਾੜ ਕਿਹਦੇ ਹਾਂ
ਤੁਸੀਂ ਆਹ ਨਹੀਂ ਨਸਲ ਨਾਲ ਬੰਦੇ ਦਾ ਨਜ਼ਰ ਅਸੀਂ ਕਾਲਾ ਚਿੱਟਾ ਚੀਨੀ ਮਤਲਬ ਹਰ ਇੱਕ ਮੁਲਕ ਹੈ ਨਾ ਆਪਣੇ ਇੰਡੀਅਨ ਸਾਰੇ ਲੇਕਿਨ ਜਿਹੜੀ ਆਪਣੀ ਕਮਿਊਨਿਟੀ ਹੈ ਪਾਕਿਸਤਾਨੀ ਖਾਸ ਕਰ ਉਹ ਇੱਕੀ ਸਟੇਟ ਬਹੁਤ ਘੱਟ ਹੀ ਦਿਸੇ ਹਨ ਮਤਲਬ ਖਾਸ ਕਰ ਸਿਟੀ 'ਚ ਲੇਕਿਨ ਬਰਾੜਪੁਰ ਬਰਮੀ ਗਾਮ ਜਾਸੇ ਤਾਂ ਉੱਥੇ ਕਾਫੀ ਬੰਦੇ ਸਾਹਮਣੇ ਲੱਗ ਰਹੇ ਸੀ ਦੇਖੋ ਜੀ ਆ ਗਏ ਹਾਂ ਵਾਪਸ ਪਾਰਕਿੰਗ 'ਚ ਅਤੇ ਹੁਣ ਚੱਲਦੇ ਹਾਂ ਗੱਡੀ ਬਹਿੰਦੇ ਹਾਂ ਅਤੇ ਇੱਕ ਦੋਸਤ ਨੂੰ ਉਹਨਾਂ ਨੂੰ ਮੁਲਾਕਾਤ ਕਰਨੀ ਹੈ ਉਸਨੂੰ ਅਤੇ ਜਾ ਕੇ ਆਓ ਤੁਹਾਡੀ ਵੀ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਨਾਲ ਅਤੇ ਫਿਰ ਵਾਪਸੀ ਦਾ ਸਫ਼ਰ ਕਰਾਂਗੇ ਇਨਸ਼ਾਅੱਲਾ ਦੇਖੋ ਜੀ ਜਿਸਾ ਤੁਹਾਨੂੰ ਦੱਸਿਆ ਸੀ ਕਿ ਨਿਕਲ ਆਏ ਹਾਂ ਲੰਡਨ ਤੋਂ ਰਸਤੇ 'ਚੋਂ ਅਤੇ ਟ੍ਰੈਫਿਕ ਬਹੁਤ ਜ਼ਿਆਦਾ ਵੈ ਇੱਥੋਂ ਸਿਟੀ 'ਚੋਂ ਨਿਕਲਣ ਵਾਸਤੇ ਜੀ ਸਾਡਾ ਤਕਰੀਬਨ ਫਿਲਹਾਲ ਡੇਢ ਘੰਟਾ ਲੱਗ ਚੁੱਕਿਆ ਵੈ ਅਤੇ ਜਿੱਥੇ ਅੱਗੇ ਅਸੀਂ ਜਾਣਾ ਸੀ ਨੋਰਮਲ ਇੱਥੋਂ ਸਫ਼ਰ 45 ਮਿੰਟ ਲੱਗਦੇ ਸਨ ਅਤੇ ਹੁਣ ਟਮ ਟਮ ਕਹਿ ਰਿਹਾ ਜੀ ਤੁਹਾਨੂੰ 2.5 ਘੰਟੇ ਲੱਗ ਜਾਣਗੇ ਤਾਂ ਤੁਸੀਂ ਦੇਖੋ ਇਤਨੀ ਟ੍ਰੈਫਿਕ ਹੈ ਜਾਂ ਅੱਗੇ ਪੂਰੀ ਹੈ ਲੈਨ ਬਿਲਕੁਲ ਜੈਮ ਹੋਈ ਹੈ ਤਾਂ ਸਭ ਤੋਂ ਬੜਾ ਮਸਲਾ ਇੱਥੇ ਲੰਡਨ ਇਹ ਹੈ ਕਿ ਟ੍ਰੈਫਿਕ ਬਹੁਤ ਟਾਈਮ ਤੁਹਾਡਾ ਜ਼ਾਇਆ ਹੋਣਾ ਵਾ ਤਾਂ ਟ੍ਰੈਫਿਕ ਵਿੱਚ ਬੰਦਾ ਫਸੀ ਜਾਣਾ ਵਾ ਇਸ ਵਜ੍ਹਾ ਤੋਂ ਅਸਾਂ ਅੰਦਰ ਗੱਡੀ ਉੱਥੇ ਖਲਾਈ ਸੀ ਪਾਰਕਿੰਗ 'ਚ ਜ਼ਿਆਦਾ ਪਬਲਿਕ ਟਰਾਂਸਪੋਰਟ ਅਸਾਂ ਯੂਜ਼ ਕੀਤੀ ਹੈ ਕਿ ਅੱਗੇ ਪਿੱਛੇ ਮੂਵਮੈਂਟ ਵਾਸਤੇ ਬੰਦਾ ਈਜ਼ੀ ਹੋ ਜਾਣਾ ਵਾ ਤਾਂ ਇਹ ਦੇਖੋ ਮੋਟਰਸਾਈਕਲਾਂ ਵਾਲੇ ਬੰਦੇ ਬਹੁਤ ਫਾਇਦੇ 'ਚ ਨੂੰ ਅਤੇ ਜਿਹਨੂੰ ਦਿਲ ਆ ਨਿਕਲੀ ਜਾਣੇ ਸਾਈਕਲਾਂ ਵੀ ਬਹੁਤ ਜ਼ਿਆਦਾ ਇੱਥੇ ਚੱਲਦੀਆਂ ਲਿਓ ਜੀ ਇਹ ਆ ਗਏ ਹਾਂ ਸਾਡੇ ਦੋਸਤ ਨੇ ਬੜਾ ਆਹ ਵਾ ਮਾੜਾ ਦੋਸਤ ਵੀ ਨਹੀਂ ਹੈ ਚੋਈ ਸਾਕਬ ਸਾਹਿਬ ਦਾ ਇਹ ਬੜੀ ਮਿਹਰਬਾਨੀ ਇਹ ਮੁਲਾਕਾਤ ਹੋਈ ਹੈ ਇਹਨਾਂ ਨਾਲ ਇਹਨਾਂ ਨੇ ਘਰ ਗਏ ਸਾਂ ਕਾਫੀ ਅਰਸੇ ਬਾਅਦ ਮੁਲਾਕਾਤ ਹੋਈ ਹੈ ਅਤੇ ਬੋਲੋ ਜੀ ਤੁਸੀਂ ਕੁਝ ਮੈਂ ਸਾਂ ਜੀ ਮਸ਼ਹੂਰ ਹਾਂ ਚੋਈ ਸਾਹਿਬ ਦੇ ਵਾਪਸ ਆ ਰਹੇ ਹਾਂ ਲੰਡਨ ਤੋਂ ਤਕਰੀਬਨ ਟਾਈਮ ਹੋਈ ਗਿਆ 11 ਨਾ ਹੋਈ ਗਿਆ ਅਤੇ ਕੋਈ 2 ਕੁ ਘੰਟੇ ਹੋਰ ਲੱਗ ਜਾਣਗੇ ਇੱਥੋਂ ਵਾਪਸ ਪਹੁੰਚਣ ਤੱਕ ਅਤੇ ਇਨਸ਼ਾਅੱਲਾ ਉਮੀਦ ਹੈ 1-1.5-2 ਨਾਲ ਵਾਪਸ ਬਰਾੜਪੁਰ ਪਹੁੰਚੀ ਅਸਾਂ ਅੱਲਾ ਹੈਰ ਕੀਤੀ ਸਫ਼ਰ ਠੀਕ ਠਾਕ ਹੋਈ ਗਿਆ ਇਨਸ਼ਾਅੱਲਾ ਚਲੋ ਉੱਥੇ ਪਹੁੰਚਦੇ ਇਨਸ਼ਾਅੱਲਾ ਆਪਣਾ ਵੀਡੀਓ ਨੂੰ ਐਂਡ ਕਰ ਸਾਂ ਲਿਓ ਜੀ ਵਾਪਸ ਆ ਗਏ ਹਾਂ ਬਰਾੜਪੁਰ ਅਤੇ ਮਸੇ ਪਹੁੰਚੇ ਹਾਂ ਤਕਰੀਬਨ ਹੋਈ ਗਿਆ ਟਾਈਮ ਤਕਰੀਬਨ 1.5 ਦਾ ਅਤੇ ਅਲਹਮਦੁਲਿਲਾ ਖੈਰ ਖੈਰੀਅਤ ਨਾਲ ਵਾਪਸ ਆ ਗਏ ਹਾਂ ਆਪਣੇ ਸ਼ਹਿਰ ਆਪਣੇ ਘਰ ਕੋਲ ਪਹੁੰਚੇ ਆਏ ਹਾਂ ਅਤੇ ਵੀਡੀਓ ਨਾਲ ਹੁਣ ਐਂਡ ਕਰਨੇ ਹਾਂ ਅਤੇ ਅਗਰ ਤੁਸੀਂ ਕਿ ਸਾਡੀ ਵੀਡੀਓ ਪਸੰਦ ਅੱਛਾ ਹੈ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਕਿਉਂਕਿ ਅਸਾਂ ਲਾਈਕ ਕਰਸੋ ਤਾਂ ਅਸਾਂਗੀ ਇਹ ਉਸ ਤਰੀਕੇ ਤੋਂ ਕਿ ਅਸਾਂ ਵੀਡੀਓ ਪਸੰਦ ਆਈ ਹੈ ਤਾਂ ਫਿਰ ਅਸਾਂ ਹੋਰ ਇਸ ਤਰ੍ਹਾਂ ਦੀਆਂ ਚੰਗੀਆਂ ਚੰਗੀਆਂ ਵੀਡੀਓ ਹੋਰ ਕੋਈ ਨਵੇਂ ਜਿਹੜੇ ਟੋਪਿਕ ਨੂੰ ਉਸਨੇ ਬਾਰੇ 'ਚ ਵੀ ਆਉਣ ਸਾਂ ਤਾਂ ਇਨਸ਼ਾਅੱਲਾ ਅੱਗੇ ਮਾੜਾ ਪਲੈਨ ਹੈ ਵੀਡੀਓ ਖਾਸ ਕਰ ਖਾਣੇ ਦੇ ਬਾਰੇ 'ਚ ਰੈਸਟੋਰੈਂਟਾਂ ਨੂੰ ਵੀਡੀਓ ਕੱਢਸਾਂ ਤਾਂ ਨਾਲ ਹੀ ਤੁਸਾਂ ਕੀ ਦੱਸਾਂ ਬਰਾੜਪੁਰ ਅਤੇ ਲੰਡਨ ਜਿਹੜਾ ਰਹਿਣਾ ਰਿਹਾਇਸ਼ ਨਾ ਕੋਸਟ ਅਤੇ ਬਰਾੜਪੁਰ ਅਤੇ ਲੰਡਨ ਕਿਆ ਫਰਕ ਹੈ ਕਿਆਂ ਬੰਦੇ ਜ਼ਿਆਦਾ ਆਪਣੇ ਬਰਾੜਪੁਰ ਹੀ ਰਹਿਣੇ ਅਤੇ ਬਾਕੀ ਲੰਡਨ 'ਚ ਕਿਆਂ ਨਹੀਂ ਰਹਿਣੇ ਕਿਉਂਕਿ ਉੱਥੇ ਰਿਹਾਇਸ਼ ਬਹੁਤ ਮਹਿੰਗੀ ਹੈ ਇੱਧਰ ਥੋੜ੍ਹਾ ਜਿਹੀ ਘੱਟ ਹੈ ਤਾਂ ਇਨਸ਼ਾਅੱਲਾ ਦੁਆਵਾਂ ਯਾਦ ਕਰੇ ਰੱਖੇ ਅਸਾਂ ਕੀ ਅਤੇ ਅਸਾਂ ਚੈਨਲ ਕੀ ਸਬਸਕ੍ਰਾਈਬ ਕਰੇ ਤਾਂ ਠੀਕ ਹੈ ਫਿਲਮ ਦਾ ਐਂਡ ਕਰਨਾ